ਉਹ ਪਰਲੀ ਗੱਡੀ ਨੂੰ ਵੀ ਲੱਗ ਜਾਓ, ਮੂਲ ਵਾਲੀ ਨੂੰ ਤਾਂ ਵੀ ਨੀ ਨਿਕਲਣੀ ਯਾਰ, ਪਿੱਛੇ ਕਰ ਲਓ ਕਰੀਨ ਤੇ ਜ਼ਿਆਦਾ ਜ਼ੋਰ ਦੋ ਨਾ। ਸਾਢੇ ਕੁ 12 ਵਜੇ ਇੱਥੇ ਮਾਲਪੁਰ ਰੋਡ ਦੇ ਵਿੱਚ ਐਕਸੀਡੈਂਟ ਬਹੁਤ ਬੁਰਾ ਹੋਇਆ ਆ ਜੀ, ਜਿਹਦੇ ਕਰਕੇ ਇੱਕ ਲੜਕੀ ਦੀ ਡੈਥ ਹੋ ਚੁੱਕੀ ਆ ਔਰ 3 ਬਹੁਤ ਗੰਭੀਰ ਘਾਇਲ ਹੋਏ ਆ, ਜੋ ਕਿ DC ਮਾਨਿਓ DC ਸਾਹਿਬ ਨੂੰ ਆਪਾਂ ਸ਼ਿਵਸਨ ਵੱਲੋਂ ਕਈ ਵਾਰ ਕਿਹਾ ਕਿ ਚੌਂਕਾਂ ਦੇ ਵਿੱਚ ਤੁਸੀਂ ਇੱਕ ਬ੍ਰੇਕਰ ਲਵਾਓ ਜਾਂ ਕੁਛ ਇੱਦਾਂ ਦੀ ਸੁਵਿਧਾਵਾਂ ਲਵਾਓ, ਪਰ ਉਹ ਕੋਈ ਇੱਦਾਂ ਦਾ ਕੀਤਾ ਨਹੀਂ ਆ। ਦੇਖੋ ਇੰਤਜ਼ਾਮ, ਕੁਛ ਦਿਨ 2-4 ਦਿਨ ਪਹਿਲਾਂ ਇੱਥੇ ਇੱਕ ਲਗਾਇਆ ਗਿਆ ਸੀ ਡੈਂਪ, ਉਹ ਵੀ ਟੁੱਟ ਗਿਆ, ਜੋ ਕਿ ਦੁਆਰ ਵਿੱਚ ਲਗਾਇਆ ਨਹੀਂ ਗਿਆ। ਜੇਕਰ ਉਹ ਲਗਾਇਆ ਹੁੰਦਾ, ਜੇ ਉਹ ਪੱਟ ਕੇ ਨਾ ਰੱਖਿਆ ਹੁੰਦਾ ਤਾਂ ਸ਼ਾਇਦ ਟਰੱਕ ਵਾਲੇ ਇੱਥੇ ਨਾ ਲੰਘਦੇ। ਇਹਦੇ ਨਾਲ ਇੱਕ ਡੈਥ ਤਾਂ ਹੋਈ ਆ ਔਰ ਦੂਸਰੀ ਇੰਨਾ ਬੁਰਾ ਹਾਲ ਹੋਇਆ ਆ ਕਿ ਦੇਖੋ ਤੁਸੀਂ ਕੀ ਮੰਜ਼ਿਲ ਹੋ ਰਿਹਾ, ਗੱਡੀ ਦਾ ਬੁਰਾ ਹਾਲ ਹੋ ਗਿਆ। ਦੇਖਿਆ ਜਾਵੇ ਤਾਂ ਆਏ ਦਿਨ ਏਸੀ ਚੌਂਕ 'ਚ ਬਹੁਤ ਐਕਸੀਡੈਂਟ ਹੁੰਦੇ ਨੇ, ਪ੍ਰਸ਼ਾਸਨ ਦੇ ਧਿਆਨ ਦੇ ਵਿੱਚ, ਪਰ ਲੱਗਦਾ ਨਹੀਂ ਕਿੰਨਾ ਕਿ ਇੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮਹੀਨਾ ਪਹਿਲਾਂ ਹੀ ਆਪਾਂ ਮਾਨਿਓ DC ਸਾਹਿਬ ਨੂੰ ਕਿਹਾ ਸੀਗਾ ਕਿ ਸਾਰੇ ਚੌਂਕਾਂ ਆ, ਚੌਂਕ ਨਹੀਂ ਆ ਜੀ, ਕਮਾਲਪੁਰ ਚੌਂਕ ਵੀ ਆ, ਹੋਰ ਵੀ ਸ਼ਿਮਲਾ ਪਹਾੜੀ ਚੌਂਕ, ਹੋਰ ਵੀ ਚੌਂਕ ਆ, ਜੋ ਕਿ ਹਰੇਕ ਚੌਂਕ ਦੇ ਵਿੱਚ ਇਹੀ ਹਾਦਸੇ ਹੋ ਰਹੇ ਆ। ਪਰ ਅੱਜ ਇੱਦਾਂ ਬੁਰਾ ਹਾਦਸਾ ਹੋਇਆ ਕਿ ਪ੍ਰਸ਼ਾਸਨ ਵੀ ਅੱਜ ਪੂਰਾ ਹੈਗਾ ਇੱਥੇ, ਉਹਨਾਂ ਨੂੰ ਦੇਖਣਾ ਚਾਹੀਦਾ ਆ ਕਿੱਥੇ ਦੇ ਨੇ ਬੰਦੇ, ਪਤਾ ਲੱਗਾ ਕੁਛ ਹੈ ਜੀ। ਕੁਛ ਜਿਹੜੇ ਵਿਅਕਤੀ ਆਪਾਂ ਪਹੁੰਚਾਏ ਆ ਉੱਥੇ ਸਿਵਲ ਹੋਸਪਿਟਲ, ਉਹ ਕਹਿ ਰਹੇ ਆ ਕਿ ਛੋਟੇ ਬਜਵਾੜੇ ਦੇ ਆ, ਜੋ ਕਿ ਫੈਮਿਲੀ ਸੀ ਉਹ। ਕਿੰਨੇ ਜਣੇ ਸੀ ਇਸ ਗੱਡੀ 'ਚ? ਉਹਦੇ ਵਿੱਚ ਕਮ ਸੇ ਕਮ ਟੋਟਲ ਜੀ 4 ਜਣੇ ਸੀਗੇ।
ਜਿਹੜੇ ਜੋ ਚਾਰ ਜਣੇ ਦੇ ਵਿੱਚ ਇੱਕ ਦੀ ਡੈਥ ਹੋ ਚੁੱਕੀ ਆ ਲੇਡੀਜ਼ ਦੀ, ਬਾਕੀ ਜਿਹੜੇ ਤਿੰਨ ਆ ਉਹ ਗੰਭੀਰ ਘਾਇਲ ਆ, ਉਹਨਾਂ ਨੂੰ ਹਸਪਿਟਲ ਪਹੁੰਚਾਇਆ। ਗੱਡੀ ਟਰੱਕ ਥੱਲੇ ਪੂਰੀ ਤਰ੍ਹਾਂ ਬਹੁਤ ਜਦੋ ਜਹਿਦ ਕਰਕੇ ਕੱਢਣੀ ਪਈ ਗੱਡੀ। ਦੇਖੋ ਜੀ ਇੰਨੀ ਬੁਰੀ ਹਾਲਾਤ ਦੇ ਵਿੱਚ ਸੀ, ਤੁਸੀਂ ਦੇਖ ਨਹੀਂ ਸਕਦੇ ਕਿ ਸਾਨੂੰ ਡੇਢ ਘੰਟਾ ਲੱਗ ਗਿਆ ਉਹਨਾਂ ਨੂੰ ਬਾਹਰ ਕੱਢਦੇ ਹੋਏ, ਪੂਰਾ ਡੇਢ ਤੋਂ ਡੇਢ ਦੋ ਘੰਟੇ ਲੱਗ ਗਏ ਆ ਕੱਢਣ। ਉਹ ਵੀ ਰਾਤ ਦਾ ਸਮਾਂ ਸੀ, ਜੋ ਕਿ ਪਬਲਿਕ ਹੁਸ਼ਿਆਰਪੁਰ ਦੀ ਸੀਗੀ ਵਿਚਾਰੀ, ਉਹਨਾਂ ਨੇ ਨਾਲ ਰਲ ਕੇ ਸਾਰਿਆਂ ਨੇ ਕਢਵਾਇਆ। ਔਰ ਪ੍ਰਸ਼ਾਸਨ ਦੇ ਵਿੱਚੋਂ ਪੁਲਿਸ ਮਹਿਕਮੇ ਦੇ DSP ਸਾਹਿਬ ਵੀ ਵਿਚਾਰੇ ਮੌਜੂਦਾ ਪਹੁੰਚ ਚੁੱਕੇ ਆ, ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਪੁਲਿਸ ਮੁਲਾਜ਼ਮਾਂ ਨੇ। ਸਦਰ ਚੌਂਕ ਦੇ ਵਿੱਚ ਚੰਡੀਗੜ੍ਹ ਬਾਈਪਾਸ ਤੋਂ ਟਰੱਕ ਆ ਰਿਹਾ ਸੀਗਾ, ਉਹਨੂੰ ਲਾਈਟਾਂ ਦੇ ਉੱਤੇ ਡੁੱਬਿਆ ਸੀ ਅਤੇ ਉਹਨੇ ਜਿਹੜੀ ਇਨੋਵਾ ਗੱਡੀ ਹੈ ਉਹ ਬਜਵਾੜਾ ਸਾਹਿਬ ਤੋਂ ਆ ਰਹੀ ਸੀ, ਉਹਦੇ ਵਿੱਚ ਮਾਰੀ ਉਹਨਾਂ ਐਕਸੀਡੈਂਟ ਹੋਇਆ। ਅੱਛਾ ਕਿੰਨੇ ਫੱਟੜ ਹੋਏ, ਕਿੰਨੇ ਫੱਟੜ ਹੋਏ ਅਤੇ ਕਿੰਨੇ? ਇਨੋਵਾ ਵਾਲੇ ਤਿੰਨ ਦੇ ਸੀਗੇ ਸਵਾਰ, ਉਹਨਾਂ ਵਿੱਚ ਇੱਕ ਦੀ ਡੈਥ ਹੋਈ ਹੈ, ਦੋ ਅਸੀਂ ਬੜੀ ਜਦੋ ਜਹਿਦ ਕਰਕੇ ਟ੍ਰੇਨਾਂ ਮੰਗਾ ਕੇ ਔਰ ਪਬਲਿਕ ਦੇ ਨਾਲ ਰਲ ਕੇ ਹੀ ਇਹਨਾਂ ਨੂੰ ਬਾਹਰ ਕੱਢ ਕੇ ਅੱਜ ਹੋਸਪਿਟਲ 'ਚ ਪਹੁੰਚਾਇਆ। ਕਿੱਦਾਂ ਦੇ ਦੱਸੇ ਜਾ ਰਹੇ ਹਾਲਤ, ਕਿੱਦਾਂ ਕੰਡੀਸ਼ਨ? ਸੀਰੀਅਸ ਹੈਗੇ ਆ।